ਲਓ ਜੀ, ਥੱਕ ਹਾਰ ਕੇ ਫਿਰ ਸਾਨੂੰ ਟ੍ਰੇਨ ਮਿਲੇਗੀ ਇੱਕ ਨੰਬਰ ਤੋਂ ਹੀ ਪਲੇਟਫਾਰਮ 'ਤੇ। ਅਤੇ ਪੁੱਛ ਲਿਆ ਸੀਗਾ ਇਹਨਾਂ ਤੋਂ, ਜਿਸ ਤੋਂ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਹਾਂ। ਅਤੇ ਇੱਦਾਂ ਨਹੀਂ ਹੈਗਾ ਕਿ ਬੰਦਾ ਝਿਜਕੇ ਝੁਜਕੇ ਨਾ ਪੁੱਛ ਸਕਦਾ, ਅਤੇ ਉਹ ਉੱਤੇ ਲਿਖਿਆ ਹੁੰਦਾ ਸਾਰਾ ਕੁਛ, ਪਲੇਟਫਾਰਮ ਨੰਬਰ, ਇਹ ਉਹ, ਕਿੱਥੇ ਕਿੱਥੇ ਜਾਣੀ ਆ, ਦੇਖੋ ਸਾਰਾ ਕੁਛ ਡਿਸਪਲੇ ਹੁੰਦਾ ਉਹਦੇ ਵਿੱਚ। ਅਤੇ ਟ੍ਰੇਨ ਵੀ ਬਹੁਤ ਵਧੀਆ, ਆਹ ਦੇਖ ਲਓ ਸਾਰੀ। ਅਤੇ ਇੱਧਰ ਮੈਂ ਬੈਠਾ, ਉਹ ਧੱਕਾ ਮਗਰ ਤੱਕ, ਵੈਸੇ ਛੋਟੀ ਟ੍ਰੇਨ ਆ, ਹਾਂ ਇਹਦੇ ਸਟੇਸ਼ਨ ਜ਼ਿਆਦਾ ਆ, ਬਟ ਇਹ ਛੇਤੀ ਪਹੁੰਚਾ ਦੂਗੀ ਆਪਾਂ ਨੂੰ ਅੰਮ੍ਰਿਤਸਰ। ਹਾਂ ਜੇ ਤੁਸੀਂ ਵੀ ਕਿਸੇ ਵੀ ਮੰਨ ਲਓ ਦੁਵਿਧਾ ਵਿੱਚ ਜਾਂ ਪ੍ਰੋਬਲਮ ਵਿੱਚ ਫਸਦੇ ਹਾਂ, ਤਾਂ ਤੁਸੀਂ ਜ਼ਰੂਰ ਜਿੱਥੇ ਵੀ ਕੋਈ ਵੀ ਮਿਲਦਾ ਤੁਹਾਨੂੰ ਉਹਨੂੰ ਜ਼ਰੂਰ ਪੁੱਛੋ, ਠੀਕ ਹੈ ਜੀ। ਕੁਐਰੀ ਕਰੀ ਚਲੋ, ਪੁੱਛੀ ਚਲੋ, ਕੁਛ ਨਹੀਂ ਕਹਿੰਦੇ, ਫਰੈਂਡਲੀ ਹੈ ਲੋਕ ਸਾਰੇ। ਅਤੇ ਹਾਂ ਆਪਾਂ ਨੂੰ ਮਿਲ ਗਈ, ਆਪਾਂ ਨੂੰ ਹੁਣ ਟ੍ਰੇਨ 'ਤੇ ਆਪਾਂ ਜਾ ਰਹੇ ਹਾਂ ਬਸ, ਠੀਕ ਆ। ਅਤੇ ਚਲੋ ਦੇਖਦੇ ਹਾਂ ਅੱਗੇ ਜਾ ਕੇ ਕੀ ਬਣਦਾ। ਅਤੇ ਫਸ ਦਿਨਾਂ 'ਚ ਆਪ ਇਕੱਲੇ ਘੁੰਮ ਰਹੇ ਹਾਂ, ਸਭ ਤੋਂ ਵੱਡੀ ਗੱਲ ਇਹ ਆ। ਕੱਲ੍ਹ ਤਾਂ ਚਲੋ ਆਪਣੇ ਨਾਲ ਦੋਸਤ ਸੀਗਾ, ਉਹ ਆਪਾਂ ਨੂੰ ਟਿਕਟ ਲੈ ਜਾਂਦਾ ਸੀ, ਹੋਰ ਕੁਛ ਕਰ ਦਿੰਦਾ ਹੈ ਨਾ, ਪਰ ਹੁਣ ਆਪਾਂ ਨੂੰ ਮੈਟਰੋ ਵੀ ਆਪੇ ਲੈਣੀ ਪੈਣੀ, ਟ੍ਰੇਨ ਵੀ, ਅਤੇ ਅਗਾਂਹ ਅੱਗਿਓਂ ਬੱਸ ਲੈਣੀਆਂ, ਉਹ ਵੀ ਆਪਾਂ ਨੂੰ ਬੱਸ ਟਿਕਟ ਵਗੈਰਾ ਆਪ ਹੀ ਲੈਣੀ ਪੈਣੀ, ਠੀਕ ਹੈ ਜੀ। ਬਾਕੀ ਵਧੀਆ ਵੈਸੇ। ਇਹਦੇ ਵਿੱਚ ਕੀ ਲੱਗਾ, ਇਹਦੇ ਕੋਲ ਚਾਰਜਰ ਲੱਗਾ, ਚਾਰਜਿੰਗ ਪੁਆਇੰਟ, ਅਤੇ ਬੈਠਣੇ ਨੂੰ ਮੋਰੇ ਕੁਛ ਰੱਖਣੇ ਨੂੰ ਵੀ ਹੈਗਾ, ਅਤੇ ਹੋਰ ਇਹਨਾਂ ਵਿੱਚ ਕੀ ਸੁਵਿਧਾ। ਓਕੇ ਲਾਈਟ ਲੱਗੀ ਆ, ਦੇਖੋ ਕਿੰਨੀ ਛੋਟੀ ਛੋਟੀ ਲਾਈਟ ਲੱਗੀ। ਸਟੋਪ ਕਰਨ ਲਈ ਵੀ ਲੱਗਾ, ਉੱਪਰ ਸਮਾਨ ਰੱਖਣੇ ਨੂੰ ਲੱਗਾ, ਲਾਈਟਾਂ ਲੱਗੀਆਂ ਪ੍ਰੋਪਰ। ਓਕੇ ਕਾਂਟ ਲੱਗਾ ਵੀ, ਇਹ ਮੈਨੂੰ ਲੱਗਦਾ ਡਸਟਬੀਨ ਹੈ ਇੱਕ ਤਰ੍ਹਾਂ ਦਾ ਨਾ, ਕੁਛ ਇੱਦਾਂ ਹੀ ਲੱਗਦਾ ਕਿ ਇਹਦੇ ਵਿੱਚ ਆਪਣੇ ਲਿਫਾਫੇ, ਉਹ ਵਾਓ ਲਿਫਾਫਾ ਯੂਜ਼ ਕਰੋ ਇਹਦੇ ਵਿੱਚ, ਜੇ ਤੁਹਾਡੇ ਕੋਲ ਕੁਛ ਵੀ ਖਾ ਪੀ ਲਿਆ ਕੋਈ, ਤੁਸੀਂ ਸੋਚੋਗੇ ਕਿੱਥੇ ਸੁੱਟਣਾ ਹੈ, ਇਹਦੇ ਵਿੱਚ ਪਾ ਕੇ ਰੱਖ ਦਿਓ ਉੱਪਰ ਸਾਈਡ 'ਤੇ ਰੱਖ ਦਿਓ, ਉਹ ਆਪ ਹੀ ਲੈ ਜਾਣਗੇ ਤੁਹਾਡੇ ਤੋਂ, ਜਦੋਂ ਵੀ ਸਫਾਈ ਵਾਲੇ ਆਉਣਗੇ ਉਹਨਾਂ ਨੇ ਆਪ ਹੀ ਚੱਕ ਕੇ ਲੈ ਜਾਣਾ। ਉੱਧਰ ਵੀ ਲੱਗਾ ਦੇਖੋ ਪੋਲੀਥੀਨ, ਉਹ ਦੇਖਿਆ ਡਸਟਬੀਨ ਇੱਕ ਤਰ੍ਹਾਂ ਦਾ ਛੋਟਾ ਮਿੰਨੀ। ਓਕੇ ਠੀਕ ਹੈ ਜੀ, ਓਕੇ ਥੈਂਕ ਯੂ ਸਾਰੇ ਜਣੇ, ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ, ਠੀਕ ਹੈ ਜੀ, ਥੈਂਕ ਯੂ।